ਆਹ ਵੇਖ ਲਓ ਬਾਈ ਜੀ, ਬਾਸਪਤੀ ਉੱਗੀ ਖੜੀ ਹੈ ਕਣਕ ਵਾਲੇ ਵੱਢ 'ਚ। ਕਣਕ ਵੱਢਦਿਆਂ ਸਾਰ ਛਿੱਟਾ ਦੇਤਾ ਸੀਗਾ ਬਾਸਪਤੀ ਦਾ, ਆਹ ਕਿੱਲਾ ਡੇਢ ਕਿੱਲਾ ਥਾਂ ਐਂ ਬਾਸਪਤੀ ਬਹੁਤ ਵਧੀਆ, ਬਹੁਤ ਬੂਟਾ ਮਾਰੀ ਖੜੀ। ਆ ਵੇਖ ਤੁਹਾਡੇ ਸਾਹਮਣੇ ਆ ਕਿੱਡਾ ਵਧੀਆ ਬੂਟਾ ਮਾਰਿਆ ਇਹਨੇ, ਆਹ ਵੇਖੋ। ਹਾਂਜੀ, ਇਹਦੇ ਸਾਰੇ ਛਿੱਟਾ ਦਿੱਤਾ ਹੋਇਆ, 4 ਕਿੱਲੇ ਥਾਂ ਬਹੁਤ ਵਧੀਆ ਬਾਸਪਤੀ ਖੜੀ ਆ ਵੀਰੇ ਇਹ। ਹਾਂਜੀ ਹਾਂਜੀ ਹਾਂ, ਕੋਈ ਨਾੜ ਨਾੜ ਨੂੜ ਨਹੀਂ ਸਾੜਿਆ ਕਣਕ ਦਾ, ਜਮਾਂ ਹੀ ਬਸ ਉਵੇਂ ਹੀ ਆ। ਨਾ ਇਹਦੇ 'ਚ ਬਾਸਪਤੀ ਵਾਲਾ, ਪਹਿਲਾਂ ਵੀ ਬਾਸਪਤੀ ਸੀ, ਨਾ ਉਹ ਨਾੜ ਸਾੜਿਆ, ਸਾਰੀ ਪਰਾਲੀ ਪਰੂਲੀ ਸਾਰਾ ਕੁਝ ਵਿੱਚ ਹੀ ਆ ਵੀਰੇ ਇਹਦੇ 'ਚ। ਆਹ ਵੇਖ ਲਓ ਤੁਹਾਡੇ ਸਾਹਮਣੇ ਕਿੱਡੀ ਵਧੀਆ ਬਾਸਪਤੀ ਖੜੀ ਆ। ਆਹ ਵੇਖੋ ਜਿਹੜਾ ਕਣਕ ਦਾ ਨਾੜ ਉਹ ਵਹਿੰਦਾ ਜਾਂਦਾ ਅਤੇ ਬਾਸਪਤੀ ਤਾਂ ਨੂੰ ਤੁਰੀ ਆਉਂਦੀ ਹੈ ਵੀਰੇ। ਆਹ ਵੇਖ ਲਓ ਤੁਹਾਡੇ ਸਾਹਮਣੇ, ਆਹ ਵੇਖੋ ਕਿੱਡਾ ਕਿੱਡਾ ਬੂਟਾ ਆਵੇ। ਕੋਈ ਜੜ੍ਹ ਨੂੰ ਬਿਮਾਰੀ ਨਹੀਂ ਕਿਸੇ ਚੀਜ਼ ਦੀ, ਕੋਈ ਅਜੇ ਤੱਕ ਕੋਈ ਬਿਮਾਰੀ ਨਹੀਂ, ਕੋਈ ਖਾਦ ਨਹੀਂ ਪਾਈ, ਕੁਛ ਨਹੀਂ ਪਾਇਆ, ਨਾ ਯੂਰੀਆ ਨਾ ਡਾਈ ਨਾ ਕੋਈ ਗੰਦ ਵਾਲੀ ਸਪਰੇ, ਕੁਛ ਨਹੀਂ ਗਾ, ਸਾਰਾ ਕੁਛ ਵਧੀਆ ਐਂ ਪੂਰਾ ਬੂਟਾ ਮਾਰੀ ਖੜੀ। ਆਹ ਵੇਖੋ ਤੁਸੀਂ, ਆਹ ਵੇਖੋ ਨਾੜ ਜਿਹੜਾ ਵਹਿੰਦਾ ਜਾਂਦਾ ਬਾਸਪਤੀ ਤਾਂ ਨੂੰ ਧੁਰੀ ਆਉਂਦੀ ਹੈ ਵੀਰੇ। ਇਸ ਤਰ੍ਹਾਂ ਹੀ ਬੀਜ ਦਿਓ ਸਾਰੇ ਵੀਰੇ, ਲੋੜ ਹੀ ਨਹੀਂ ਨੀ ਵਾਹੁਣ ਦੀ ਨਾ ਤੇਲ ਖਰਚਾ ਕਰਨ ਦੀ, ਬਸ ਛਿੱਟਾ ਦੇ ਕੇ ਪਾਣੀ ਛੱਡ ਦਿਓ, ਬਸ 20 ਦਿਨਾਂ 'ਚ ਬਾਸਪਤੀ ਤਾਂ ਬਹੁਤ ਵਧੀਆ।